ਕਿ ਜਿਸ ਨੇ ਤੁਹਾਡੇ ਕੋਲ ਸ਼ੈਤਾਨ ਨਮਾਜ਼ ਪੜਨ ਦੇ ਹਾਲਤ 'ਚ ਆਵੇ ਤਾਂ ਫਿਰ ਕੋਈ ਤੁਹਾਨੂੰ ਇਹ ਕਹੇ ਨਾ ਕਿ ਤੁਸੀਂ ਤੂੰ ਰਿਆ ਕਰਨਾ ਪਿਆ, ਤੂੰ ਕਿਸੇ ਨੂੰ ਦਿਖਾਉਣਾ ਪਿਆ, ਤੁਹਾਡੇ ਪਿੱਛੇ ਹੈ ਵੇ, ਨਾਲ ਹੈ ਕੋਈ ਬੰਦਾ, ਤੂੰ ਉਹਦੇ ਵਾਸਤੇ ਲੰਬੇ ਲੰਬੇ ਸਜਦੇ ਕਰਨਾ ਪਿਆ, ਤਾਂ ਉਹਨਾਂ ਨੇ ਕਿਹਾ ਕਿ ਫਿਰ ਨਮਾਜ਼ ਨੂੰ ਹੋਰ ਲੰਬਾ ਕਰ ਲਓ ਕਿਉਂਕਿ ਉਹ ਵਸਵਸੇ ਨੇ। ਇਹਨਾਂ ਦਿਨਾਂ ਦੇ ਵਿੱਚ ਅਸੀਂ ਇਹ ਨਹੀਂ ਕਿ ਅੱਜ ਕਿ ਆਪ ਸਲਮ ਦੀ ਹਦੀਸ ਗਲਤ ਹੈ ਜਾਂ ਇਹ ਲਈ ਜਿਹੜੇ ਉਲਮਾਨ ਹੈ ਇਹਨਾਂ ਦੀ ਇਜਤਿਹਾਦ ਗਲਤ ਹੈ। ਇਹਨਾਂ ਦੋਨਾਂ ਦੇ ਦਰਮਿਆਨ ਅਸੀਂ ਜਿਹੜਾ ਨਾ ਕੰਟਰਾਡਿਕਸ਼ਨ ਤਾਂ ਨਹੀਂ ਹੈ ਇਹਨਾਂ ਦਾ। ਇਸ ਤਰ੍ਹਾਂ ਹੈ ਇੱਕ ਗੱਲ ਬੰਦਾ ਇਹ ਰੱਖਿਆ ਮਿਸਾਲ ਦੇ ਤੌਰ 'ਤੇ ਕੋਈ ਸਦਕਾ ਦੇ ਲੱਗਾ, ਮੈਂ ਆਪਣੀ ਗੱਲ ਦੱਸਣਾ ਪਿਆ, ਮੈਂ ਆਪਣਾ ਕੰਕਲੂਜਨ ਕੱਢੇ ਦਾ ਇਸ ਤਰ੍ਹਾਂ ਜਿਹ 'ਚ ਗਲਤੀ ਦੀ ਗੁੰਜਾਇਸ਼ ਹੋਏਗੀ। ਮੈਂ ਇਸ ਤਰ੍ਹਾਂ ਸਮਝਣਾ ਵਾਂ ਜਿਸ ਤਰ੍ਹਾਂ ਇਨਸਾਨ ਇੱਕ ਸਦਕਾ ਦੇਣ ਵਾਲਾ ਹੁੰਦਾ ਜਾਂ ਨਮਾਜ਼ ਦੀ ਗੱਲ ਹੈ, ਤਾਂ ਅਗਰ ਕੋਈ ਬੰਦਾ ਸੋਚਦਾ ਕਿ ਮੈਂ ਨਾ $10 ਦੇਣੇ ਨੇ, ਤਾਂ ਨਾਲ ਉਹਦਾ ਕੋਈ ਬੰਦਾ ਹੋਇਆ ਯਾਰ ਦੋਸਤ ਹੈ, ਤਾਂ ਉਹ ਕਹਿੰਦਾ ਯਾਰ ਇਹਦੀ ਵਜ੍ਹਾ ਨਾਲ ਹੋਣਾ, ਸਮਝੇਗਾ ਕਿ ਮੈਂ ਸਦਕਾ ਦੇਣ ਲੱਗਾ ਤਾਂ ਮੈਂ ਫਿਰ ਐਵੇਂ ਇਹਦੇ ਸਾਹਮਣੇ ਰਹਿਣਾ, ਜਾਂ ਨਮਾਜ਼ ਹੈ ਵਜ਼ੂ ਕਰਕੇ ਨਮਾਜ਼ ਪੜ੍ਹਨੀ ਹੈ ਤਾਂ ਮੈਂ ਇਹਦੇ ਸਾਹਮਣੇ ਹੁਣ ਨਮਾਜ਼ ਪੜ੍ਹਾਂਗਾ ਤਾਂ ਮੈਂ ਵੀ ਰਿਆਕਾਰੀ 'ਚ ਨਾ ਆ ਜਾਵਾਂ। ਇਹਦਾ ਇਸ ਤਰ੍ਹਾਂ ਮੈਂ ਜਵਾਬ ਰਿਆਕਾਰੀ ਉਹ ਇਸ ਚੀਜ਼ ਨੂੰ ਮੈਂ ਇਸ ਤਰ੍ਹਾਂ ਸਮਝਣਾ ਵਾ ਕਿ ਉਹੜੀ ਉਮਰ ਰਜ਼ੀ ਅੱਲਾਹੁ ਅਨਹੁ ਦੀ ਜਿਹੜੀ ਹਦੀਸ ਹੈ, ਇਨਮਾ ਅਲ ਅਮਾਲੁ ਬਿਨਿਆਤ, ਜਿਹੜੀ ਸਾਡੇ ਦਿਲ ਦੇ ਅੰਦਰ ਜਿਹੜੀ ਪਹਿਲੀ ਗੱਲ ਜਗ੍ਹਾ ਬਣਾਏਗੀ ਨਾ ਉਹ ਅਸਰ ਕਰੇਗੀ। ਅਗਰ ਤੁਹਾਡੇ ਦਿਲ ਦੇ ਅੰਦਰ ਸਭ ਤੋਂ ਪਹਿਲੇ ਇਹ ਜਜ਼ਬਾ ਪੈਦਾ ਹੋਇਆ ਕਿ ਮੈਂ ਕਿਸੇ ਨੂੰ ਦਿਖਾਉਣ ਵਾਸਤੇ ਪੈਸੇ ਦੇਣੇ ਨੇ ਜਾਂ ਸਜਦਾ ਲੰਬਾ ਕਰਨਾ ਕਿਸੇ ਨੂੰ ਦਿਖਾਉਣ ਵਾਸਤੇ, ਤਾਂ ਸਮਝੋ ਉਹ ਚੀਜ਼ ਸਹੀ ਨਹੀਂ ਹੈ, ਉਹਦੇ ਕੋਲ ਬਚੋ। ਲੇਕਿਨ ਦਿਲ ਦੇ ਅੰਦਰ ਪਹਿਲੇ ਤਾਂ ਕਿਸੇ ਇਨਸਾਨ ਦੀ, ਕਿਸੇ ਗਰੀਬ ਬੰਦੇ ਦੀ ਮੁਹੱਬਤ ਪੈਦਾ ਹੋ ਗਈ, ਕਿਸੇ ਦੀ ਜਿਹੜਾ ਨਾ ਲਾਚਾਰੀ ਦੇਖ ਕੇ ਤੁਸੀਂ ਆਰਜ਼ੂ ਪੈਦਾ ਹੋਈ ਕਿ ਮੈਂ ਇਹਦੀ ਮਦਦ ਕਰ ਦੇਵਾਂ, ਮੈਂ ਉਹਨੂੰ $10 ਦੇ ਦਿੰਦਾ ਵਾਂ, $100 ਦੇ ਦਿੰਦਾ, ਜਾਂ ਨਮਾਜ਼ ਤੁਸੀਂ ਪੜ੍ਹ ਰਹੇ ਹੋ, ਤੁਹਾਨੂੰ ਮਜ਼ਾ ਆਇਆ, ਅੱਲਾਹ ਕੋਲੋਂ ਮਾਫ਼ੀ ਮੰਗੀ ਹੈ, ਤੁਹਾਨੂੰ ਸਕੂਨ ਮਿਲਿਆ, ਤੁਸੀਂ ਥੋੜ੍ਹਾ ਲੰਬਾ ਸਜਦਾ ਥੋੜ੍ਹਾ ਲੰਬਾ ਕਰ ਦਿੱਤਾ, ਉਸ ਅਮਲ ਕਰਨ ਦੇ ਪ੍ਰੋਸੈਸ ਦੇ ਬਾਅਦ ਜਿਹੜੀ ਸੈਕਿੰਡ ਫੀਲਿੰਗ ਹੈ ਨਾ ਉਹ ਮੈਂ ਸਮਝਣਾ ਵਾਂ ਉਹ ਸ਼ੈਤਾਨ ਦੀ ਤਰਫੋਂ ਵਸਵਸਾ ਆਵੇ। ਉਹ ਜਿਸ ਵੇਲੇ ਵਸਵਸਾ ਹੋਵੇ ਤਾਂ ਫਿਰ ਉਹ 10 ਦੀ ਜਗ੍ਹਾ $11 ਦਵੋ, ਉਹ ਅਗਰ ਤੁਸੀਂ 5 ਸੈਕਿੰਡ ਦਾ ਸਜਦਾ ਕਰਨਾ ਸੀ ਤਾਂ 10 ਸੈਕਿੰਡ ਦਾ ਕਰੋ, ਸ਼ੈਤਾਨ ਨੂੰ ਹੋਰ ਜ਼ਲੀਲ ਕਰੋ। ਅਤੇ ਇਸ ਤਰ੍ਹਾਂ ਮੈਂ ਇਸ ਚੀਜ਼ ਨੂੰ ਕੌਂਸਲੀਏਟ ਕਰਨਾ ਕਿ ਇਹ ਕੰਟਰਾਡਿਕਸ਼ਨ ਨਹੀਂ ਹੈ, ਇਹ ਰਹਿਣਾ, ਲੇਕਿਨ ਦਿਸ ਇਜ਼ ਮਾਈ ਕੰਕਲੂਜਨ। ਅਗਰ ਕੋਈ ਇਸ ਤੋਂ ਬਿਹਤਰ ਰਹਿਣਾ ਸਮਝਦਾ ਤਾਂ ਉਹ ਉਸ ਤਰ੍ਹਾਂ ਕਰੇ। ਬਹਰਹਾਲ ਇਹ ਚੀਜ਼ ਹੈ ਕਿ ਰਿਆਕਾਰੀ ਵਾਸਤੇ ਵੀ ਇਹ ਸਾਨੂੰ ਉਭਾਰਤਾ ਹੈ, ਲੇਕਿਨ ਰਿਆਕਾਰੀ ਇੱਕ ਡਿਫਰੈਂਟ ਚੀਜ਼ ਹੈ ਔਰ ਇਨਸਾਨ ਦਾ ਅਮਲ ਡਿਫਰੈਂਟ ਚੀਜ਼ ਹੈ, ਨੀਅਤ ਡਿਫਰੈਂਟ ਚੀਜ਼ ਹੈ। ਅਤੇ ਅਸੀਂ ਇਹ ਚੀਜ਼ ਦੇਖਾਂਗੇ ਕਿ ਇਨਸਾਨ ਦੀ ਇਨੀਸ਼ੀਏਟਿਵ ਪੁਆਇੰਟ ਕਿਹੜਾ ਸੀ, ਉਹਦੀ ਸ਼ੁਰੂਆਤ ਉਹਦੀ ਇੱਕ ਦਿਖਾਵੇ ਦੀ ਸੀ ਜਾਂ ਸ਼ੁਰੂਆਤ ਅੱਛੀ ਸੀ, ਲੇਕਿਨ ਉਸ ਤੋਂ ਬਾਅਦ ਦਿਖਾਵੇ 'ਚ ਉਹ ਕਨਵਰਟ ਹੁੰਦੀ ਪਈ ਹੈ ਜਾਂ ਕੁਛ ਹੁੰਦਾ ਪਿਆ, ਤਾਂ ਸਮਝੋ ਫਿਰ ਉਹ ਰਹਿਣਾ ਸ਼ੈਤਾਨੀ ਵਸਵਸਾ ਹੈ। ਆਊਜ਼ ਬਿੱਲਾ ਪੜ੍ਹੋ ਔਰ ਅੱਲਾਹ ਕੋਲੋਂ, ਮੈਂ ਇਸ ਤਰ੍ਹਾਂ ਵੀ ਕਰਨਾ ਵਾ ਕਿ ਮੈਂ ਇਸ ਤਰ੍ਹਾਂ ਦੁਆ ਕਰ ਲੈਂਦਾ ਕਿ ਅੱਲਾਹੁਮਾ ਇੰਨੀ, ਉਹਦੀ ਦੁਆ ਹੈ ਕਿ ਅੱਲਾਹੁਮਾ ਇੰਨੀ, ਅੱਲਾਹ ਕਿਹੜੀ ਦੁਆ ਸੀ, ਅੱਲਾਹੁਮਾ ਇੰਨੀ ਅਸਲੁਕਾ, ਹਾਂ ਅੱਲਾਹੁਮਾ ਇੰਨੀ ਅਸਲੁਕਾ ਇਲਮਨ ਨਾਫਿਅਨ ਵਰਿਜ਼ਕਨ ਤਈਬਨ ਵਅਮਲਨ ਮੁਤਕੱਬਲਨ, ਕਿ ਅੱਲਾ ਅੱਧੇ ਸੈਕਿੰਡ ਸੈਕਿੰਡ ਦੀ ਦੁਆ ਹੈ ਕਿ ਅੱਲਾ ਅਗਰ ਮੈਂ ਤੇਰੇ ਕੋਲੋਂ ਉਹ ਚੀਜ਼ ਮੰਗਣਾ ਵਾ, ਉਸ ਚੀਜ਼ ਦੀ ਦੁਆ ਕਰਨਾ ਜਿਹੜੀ ਅੱਲਾਹੁਮਾ ਇੰਨੀ ਅਸਅਲੁਕਾ ਇਲਮ ਨਾਫਿਅ, ਉਹ ਵਾਲੇ ਇਲਮ ਦੀ ਜਿਹੜਾ ਇੱਕ ਨਫ਼ਾ ਪਹੁੰਚਾਵਾ ਹੈ, ਅਗਰ ਮੇਰੇ ਇਸ ਇਲਮ ਦੀ ਵਜ੍ਹਾ ਨਾਲ ਮੇਰੀ ਕੋਈ ਜਿਹੜਾ ਨਾ ਸ਼ੋਹਰਤ, ਮਤਲਬ ਕਿ ਲੋਕ ਸ਼ੋਹਰਤ ਹੈ, ਸ਼ੋਹਰਤ ਹੋਏਗੀ ਜਾਂ ਲੋਕਾਂ ਦੀ ਮੇਰੇ ਇਲਮ ਦੀ ਡੋਂਸ ਜੰਮ ਜਾਏਗੀ, ਤਾਂ ਫਿਰ ਇਸ ਬਦਕਾਰੀ ਦੀ, ਇਸ ਜ਼ਿਲਤ ਖੇਜ਼ ਇਲਮ ਕੋਲੋਂ ਮੈਂ ਪਨਾਹ ਮੰਗਣਾ, ਤਾਂ ਮੈਨੂੰ ਉਹ ਵਾਲਾ ਇਲਮ ਬਖਸ਼ ਜਿਹੜਾ ਨਾ ਮੈਂ ਲੋਕਾਂ ਦੀ ਮਦਦ ਕਰ ਸਕਾਂ, ਜਾਂ ਮੈਂ ਕੋਈ ਆਪਣਾ ਖਾਸ ਮਕਸਦ ਪੂਰਾ ਕਰਵਾ ਰਿਹਾ ਉਸ ਇਲਮ ਦੀ ਬਦੌਲਤ, ਜਾਂ ਆਪਣੇ ਕੋਈ ਪ੍ਰੋਜੈਕਟ ਹੈ ਜਾਂ ਪ੍ਰੋਪਾਗੰਡਾ ਹੈ ਜਾਂ ਕੋਈ ਹੋਰ ਮੇਰੇ ਆਪਣੇ, ਮੈਂ ਕੋਈ ਦੁਨੀਆ ਕਮਾਉਣੀ ਹੈ ਜਾਂ ਲੋਕਾਂ ਨੂੰ ਅਟਰੈਕਟ ਕਰਨਾ ਹੈ, ਜਾਂ ਕਿਸੇ ਦੀ ਜਿਹੜਾ ਨਾ ਬੇਇੱਜ਼ਤੀ ਕਰਨੀ ਮਕਸੂਦ ਹੈ, ਜਾਂ ਕਿਸੇ ਇੱਕ ਖਾਸ ਫਿਰਕੇ ਦੇ ਉੱਪਰ ਟਾਰਗੇਟਿੰਗ ਕਰਨੀ ਹੈ, ਤਾਂ ਇਸ ਇਲਮ ਦੇ ਉਤੋਂ ਬਿਹਤਰ ਹੈ ਕਿ ਯਾ ਅੱਲਾ ਮੈਂ ਖਾਮੋਸ਼ ਰਵਾਂ, ਤਾਂ ਇਹ ਇਲਮ ਸਹੀ ਨਹੀਂ ਹੈ। ਇਸ ਤਰ੍ਹਾਂ ਹੀ ਇਲਮ ਨਾਫਿਅਨ ਤੋਂ ਬਾਅਦ ਉਹ ਵਾਲਾ ਇਲਮ ਦੇ ਮੈਨੂੰ ਜਿਹੜਾ ਕਿ ਨਫ਼ਾ ਪਹੁੰਚਾਵੇ, ਨਾ ਕਿ ਕਿਸੇ ਵਾਸਤੇ ਨੁਕਸਾਨ ਹੋਵੇ ਔਰ ਮੇਰੇ ਵਾਸਤੇ ਵੀ ਨੁਕਸਾਨ ਦੇ ਹੋਵੇ, ਤਾਂ ਰਿਜ਼ਕਨ ਅਮਲਨ ਉਹ ਰਿਜ਼ਕਨ ਤਈਬਨ, ਕਿ ਅੱਲਾ ਰੋਜ਼ੀ ਰੋਟੀ ਸਾਨੂੰ ਉਹ ਦੇ ਜਿਹੜੀ ਬਿਲਕੁਲ ਹਲਾਲ ਤਈਬ ਔਰ ਪਾਕੀਜ਼ਾ ਰੋਜ਼ੀ ਹੋਵੇ, ਅਸੀਂ ਆਪਣੇ ਬਾਲ ਬੱਚੇ ਨੂੰ ਉਹੀ ਖਿਲਾਈਏ, ਮਿਕਸ ਵਾਲੀ ਜਿਹੜੀ ਨਾ ਜਿਹੜੀ ਸ਼ੱਕ ਵਾਲੀ ਰੋਜ਼ੀ ਰੋਟੀ ਇਹ ਨਾ ਸਾਨੂੰ ਦੇ, ਅੱਲਾ ਤੂੰ ਆਪਣੇ ਕੋਲੋਂ ਨਾ ਸਾਨੂੰ ਦੇ, ਅਤੇ ਅਮਲਨ ਮੁਤਕੱਬਲਨ, ਕਿ ਅੱਲਾ ਕੋਈ ਅਗਰ ਸਾਡੇ ਕੋਲ ਕੋਈ ਨੇਕ ਅਮਲ ਕਰਵਾਇਆ ਤਾਂ ਉਹ ਮਕਬੂਲ ਵੀ ਕਰੋ। ਅਸੀਂ ਬੰਦਾ ਹੱਜ ਦੇ ਉੱਪਰ ਜਾਂਦਾ ਤਾਂ ਉਹ ਹੱਜਨ ਮਬਰੂਰਨ ਵਾਲੀ ਜਿਹੜੀ ਹਦੀਸ ਹੈ ਕਿ ਬਈ ਲੱਤਾਂ ਤੋੜ ਕੇ ਵਾਪਸ ਆ ਜਾ ਤਾਂ ਅੱਗੇ ਕੁਛ ਨਾ ਲੱਭੇ, ਕੋਈ ਫਾਇਦਾ ਨਹੀਂ ਹੈ। ਅਤੇ ਇਸ ਤਰ੍ਹਾਂ ਹੀ ਨਮਾਜ਼ਾਂ ਨੇ, ਰੋਜ਼ੇ ਨੇ, ਪੂਰਾ ਦਿਨ ਇਨਸਾਨ ਭੁੱਖਾ ਰਹਿੰਦਾ,
ਰੋਜ਼ਾ ਰੱਖਦਾ ਫਿਰ ਉਸ ਤੋਂ ਬਾਅਦ ਅੜਨਾ ਅਗਰ ਉਹਦਾ ਫਾਇਦਾ ਹੀ ਕੋਈ ਨਹੀਂ ਤਾਂ ਉਹਲੀ ਚੀਜ਼ ਸਾਡੇ ਕੋਲੋਂ ਅਮਲ ਵੀ ਉਹੀ ਕਰਵਾ ਜਿਹੜਾ ਮਕਬੂਲ ਵੀ ਕਰੇ ਅਤੇ ਬੰਦਾ ਵਾਲੀ ਦੁਆ ਵੀ ਪੜ੍ਹ ਲਵੇ ਤਾਂ ਕਾਫੀ ਬਿਹਤਰੀ ਮਤਲਬ ਸੈਟਿਸਫੈਕਸ਼ਨ ਮਿਲ ਜਾਂਦੀ ਹੈ ਤਾਂ ਇਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਸ਼ੈਤਾਨ ਕਰਦਾ ਅਸੀਂ ਉਹਦਾ ਆਪੋਜ਼ਿਟ ਕਰ ਦਈਏ ਉਹ ਉਲਟੇ ਹੱਥ ਨਾਲ ਰੋਟੀ ਖਾਂਦਾ ਸੀ ਸਿੱਧੇ ਹੱਥ ਨਾਲ ਖਾਈਏ ਉਹ ਜਿਹੜਾ ਨਾ ਖੜ੍ਹੇ ਹੋ ਕੇ ਖਾਂਦਾ ਅਸੀਂ ਜਿਹੜਾ ਨਾ ਖੜ੍ਹੇ ਹੋ ਕੇ ਨਾ ਖਾਈਏ ਅਸੀਂ ਬਹਿ ਕੇ ਖਾਈਏ ਬਹਿ ਕੇ ਪੀਵੀਏ ਉਹ ਇੱਕ ਬੜੀ ਹਦੀਸ ਹੈ ਉਹ ਜੁੱਤੀ ਵਾਲੀ ਉਹਦੀ ਜੁੱਤੀ ਵਾਲੀ ਸਾਰਿਆਂ ਨੂੰ ਪਤਾ ਹੀ ਇੰਨਾ ਸ਼ੈਤਾਨ ਯਮਸ਼ੀ ਫੀ ਨਅਲਿ ਅਲਵਾਹਿਦ ਕਿ ਮਸ਼ਹੂਰ ਹੈ ਕਿ ਬਚਪਨ 'ਚ ਅਕਸਰ ਮਾਵਾਂ ਵੀ ਕਹਿੰਦੀਆਂ ਆਪਣੇ ਬੱਚੇ ਨੂੰ ਇੱਕ ਜੁੱਤੀ ਪਾ ਕੇ ਚੱਲੋ ਉਹ ਇਹੋ ਹੀ ਹੈ ਬੇਸਿਕਲੀ ਹਦੀਸ ਦੇ ਅਲਫਾਜ਼ ਨੇ ਅੱਲਾਹ ਕਮਿਸ਼ੀ ਮਾਫ਼ ਕਰ ਦਵਾਂ ਕਿ ਜਿਹੜਾ ਨਾ ਸ਼ੈਤਾਨ ਜਿਹੜਾ ਨਾ ਇੱਕ ਜੁੱਤੀ ਪਾ ਕੇ ਚੱਲਦਾ ਹੈ ਤੁਸੀਂ ਹਮੇਸ਼ਾ ਦੋ ਤੁਹਾਡੀ ਇੱਕ ਜੁੱਤੀ ਮਤਲਬ ਟੁੱਟ ਗਈ ਹੈ ਤੁਸੀਂ ਇਹ ਨਾ ਕਰੋ ਕਿ ਇੱਕ ਜੁੱਤੀ ਪਾ ਕੇ ਚਲੋ ਕਿਉਂਕਿ ਆਪ ਸੱਲਮ ਨੇ ਫਰਮਾਇਆ ਕਿ ਅਗਰ ਤੁਹਾਡੀ ਜੁੱਤੀ ਦਾ ਤਸਮਾ ਟੁੱਟ ਜਾਵੇ ਤੁਸੀਂ ਇੱਕ ਜੁੱਤੀ ਨਾ ਕਰੋ ਉਨੀ ਦੇਰ ਨਾ ਪਾਓ ਚੁੱਕੋ ਵੀ ਹੱਥ ਫੜ ਲਓ ਨੰਗੀ ਪੈਰੀ ਚੱਲ ਪਾਓ ਕਿਉਂਕਿ ਸ਼ੈਤਾਨ ਜਿਹੜਾ ਨਾ ਉਹ ਇੱਕ ਜੁੱਤੀ ਨਾਲ ਚੱਲਦਾ ਹੈ ਇਸ ਲਈ ਜਿਹੜਾ ਸ਼ੈਤਾਨ ਕਲੋਲਾ ਨਹੀਂ ਕਰਦਾ ਤੁਸੀਂ ਕਲੀਲਾ ਕਰੋ ਕਿਉਂਕਿ ਆਪ ਸੱਲਮ ਦੀ ਹਦੀਸ ਹੈ ਆਪ ਸੱਲਮ ਨੇ ਫਰਮਾਇਆ ਕਿ ਖੀਲੂ ਫਾਈ ਨਸ਼ਾਤੀ ਨਹੀਂ ਲਾ ਤਖੀਲੂ ਕਿ ਤੁਸੀਂ ਖਲੀਲਾ ਖਲੂਲਾ ਕਰੋ ਸ਼ੈਤਾਨ ਖਲੂਲਾ ਨਹੀਂ ਕਰਦੇ ਸ਼ਾਤੀਨ ਖਲੂਲਾ ਨਹੀਂ ਕਰਦੇ ਔਰ ਇਸ ਤਰ੍ਹਾਂ ਹੀ ਜਿਹੜਾ ਨਾ ਬਹੁਤ ਜ਼ਿਆਦਾ ਜਿਹੜਾ ਇਸਰਾਫ ਕਰਦੇ ਨੇ ਜ਼ਾਇਆ ਕਰਦੇ ਨੇ ਸ਼ਾਦੀ ਵਿਆਹਾਂ ਦੇ ਵਿੱਚ ਔਰ ਹਰ ਜਗ੍ਹਾ ਦੇ ਵਿੱਚ ਦੂਸਰਿਆਂ ਨੂੰ ਜਿਹੜਾ ਨਾ ਉਹ ਸਹੀ ਚੀਜ਼ ਨਹੀਂ ਹੈ ਕਿਉਂਕਿ ਆਪ ਸੱਲਮ ਅਸਫਰੁੱਲਾ ਆਪ ਸੱਲਮ ਨਹੀਂ ਕੁਰਾਨ ਪਾਕ ਦੇ ਵਿੱਚ ਇਨਲ ਮੁਬੱਦਰੀਨ ਕਾਨੂੰ ਇਖਵਾਨ ਸ਼ਿਆਤੀਨ ਕਿ ਜਿਹੜੇ ਮੁਬੱਦਰੀਨ ਨੇ ਉਹ ਤਾਂ ਬੇਚਾਰੇ ਜਿਹੜੇ ਖਰਚ ਕਰਦੇ ਨੇ ਇੱਕ ਚੀਜ਼ ਹੈ ਇਸਰਾਫ ਇੱਕ ਚੀਜ਼ ਹੈ ਮੁਬੱਦਰ ਕਈ ਸਾਲ ਮੈਨੂੰ ਇਹ ਵਾਲੀ ਗੱਲ ਨਹੀਂ ਸਮਝ ਨਹੀਂ ਆਈ ਤਾਂ ਮੈਨੂੰ ਜਿਹੜਾ ਨਾ ਉਹ ਕਿਸੇ ਅੱਲਾ ਦੇ ਬੰਦੇ ਨੇ ਕਿਉਂਕਿ ਮੈਨੂੰ ਡਾਕਟਰ ਇਸਰਾਰ ਸਾਹਿਬ ਦੀ ਇੱਕ ਜਿਹੜਾ ਨਾ ਉਹਨਾਂ ਨੇ ਮੈਨੂੰ ਇਹ ਵਾਲੀ ਗੱਲ ਜਿਸ ਵੇਲੇ ਸਮਝਾਈ ਤਾਂ ਫਿਰ ਮੈਨੂੰ ਕਾਫੀ ਸਾਲਾਂ ਤੋਂ ਬਾਅਦ ਇਹ ਵਾਲੀ ਆਇਤ ਸਮਝ ਆਈ ਉਹਨਾਂ ਨੇ ਵੀ ਫਿਰ ਜਿਸ ਵੇਲੇ ਕੋਡ ਕੀਤੀ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਮੈਨੂੰ ਵੀ ਕਾਫੀ ਸਾਲ ਇਹ ਵਾਲੀ ਚੀਜ਼ ਸਮਝ ਨਹੀਂ ਆਈ ਕਿ ਅੱਲਾ ਤਾਲਾ ਨੇ ਸ਼ੈਤਾਨ ਦਾ ਭਰਾ ਕਿਉਂ ਕਿਹਾ ਹੈ ਇਹ ਵਾਲੀ ਆਇਤ ਦੇ ਵਿੱਚ ਅਜੀਬ ਮਤਲਬ ਥੋੜ੍ਹਾ ਅਜਬ ਅੱਲਾ ਤਾਲਾ ਦਾ ਜਿਹੜਾ ਨਾ ਉਹ ਸਟਾਈਲ ਹੈ ਬੜਾ ਇੱਕ ਜ਼ਬਰਦਸਤ ਕਿਸਮ ਦਾ ਔਰ ਇੱਕ ਨਿਰਾਲਾ ਕਿਸਮ ਦਾ ਪੂਰਾ ਕੁਰਾਨ ਹੀ ਇੱਕ ਯੂਨੀਕ ਹੈ ਲੇਕਿਨ ਇਹ ਵਾਲੀ ਜਿਹੜੀ ਆਇਤ ਹੈ ਉਹ ਅਜੀਬ ਹੈ ਬੰਦਾ ਕਹਿੰਦਾ ਯਾਰ ਕਿਸ ਤਰ੍ਹਾਂ ਸ਼ੈਤਾਨ ਅੱਲਾ ਤਾਲਾ ਕਹਿੰਦਾ ਇੰਨਾ ਮੁਬੱਦਰੀ ਨਾ ਕਾਨੂੰ ਇਖਬਾਰ ਸ਼ਿਆਤੀਨ ਬੇਸ਼ੱਕ ਜਿਹੜੇ ਖਰਚ ਕਰਨ ਵਾਲੇ ਨੇ ਬੇਜਾ ਖਰਚ ਕਰਨ ਵਾਲੇ ਸ਼ੈਤਾਨਾਂ ਦੇ ਭਰਾ ਨੇ ਅਤੇ ਉਹਦੀ ਵਜ੍ਹਾ ਇਹ ਹੋਈ ਹੈ ਕਿ ਇਹ ਬੇਸਿਕਲੀ ਜੈਲਸੀ ਪੈਦਾ ਕਰਦਾ ਇੱਕ ਇਸਰਾਫ ਹੈ ਇਨਲਾ ਅੱਲਾ ਯੁਹਿੱਬੁਲ ਮੁਸਰਿਫੀਨ ਬੜੀ ਜਗ੍ਹਾ 'ਤੇ ਕੁਰਾਨ 'ਤੇ ਆਉਂਦਾ ਤਾਂ ਇਸਰਾਫ ਉਹ ਚੀਜ਼ ਹੈ ਕਿ ਇੱਕ ਇਨਸਾਨ ਨੂੰ ਲੈਟ ਸੇ ਕਿ ਇਹ ਕੰਪਿਊਟਰ ਚਾਹੀਦਾ ਉਹ ਦੋ ਕੰਪਿਊਟਰ ਲਿਆ ਲੈਂਦਾ ਇੱਕ ਇਨਸਾਨ ਹੈ ਉਹਦੀ ਇੱਕ ਸ਼ਾਦੀ ਵਿਆਹ ਦਾ ਜਿਹੜਾ ਖਰਚਾ ਉਹ ਲੱਖ 'ਚ ਪੂਰਾ ਹੋ ਜਾਂਦਾ ਉਹ ਜਿਹੜਾ ਉੱਥੇ 2-3 ਲੱਖ ਪੈ ਲੇਕਿਨ ਇੱਕ ਚੀਜ਼ ਇਹ ਹੈ ਕਿ ਇਨਸਾਨ ਨੂੰ ਜ਼ਰੂਰਤ ਵੀ ਨਹੀਂ ਹੈ ਕੋਈ ਜ਼ਰੂਰਤ ਨਹੀਂ ਹੈ ਲੈਟ ਸੇ ਉਹਦੀ ਕੋਈ ਸੈਲੀਬ੍ਰੇਸ਼ਨ ਨਹੀਂ ਆਉਂਦੀ ਵੀ ਨਾ ਉਹਦੀ ਸ਼ਾਦੀ ਵਿਆਹ ਹੈ ਨਾ ਕੁਛ ਹੈ ਉਹਨੇ ਘਰ ਦੇ ਵਿੱਚ ਵੈਸੀ ਗੈਦਰਿੰਗ ਉਹ ਪਾਰਟੀ ਰੱਖ ਲਈ ਉਹ ਪਾਰਟੀ ਦੇ ਉੱਪਰ ਉਹਨੇ 5 ਲੱਖ ਖਰਚਾ ਕਰਤਾ ਉਹਨੂੰ ਬੰਦੇ ਪੁੱਛਣਗੇ ਯਾਰ ਦੋਸਤ ਕਿਸ ਚੀਜ਼ ਦੀ ਉਹ ਕਹਿ ਗਿਆ ਨਹੀਂ ਯਾਰ ਦਿਸ ਇਜ਼ ਜਸਟ ਗੈਟ ਟੂਗੈਦਰ ਗੈਟ ਟੂਗੈਦਰ ਵਾਸਤੇ ਉਹਨਾਂ ਨੇ ਆਪਣੀ ਸ਼ੋਅ ਆਫ ਕਰਨ ਵਾਸਤੇ ਜਿਸ ਵੇਲੇ ਇਸ ਚੀਜ਼ ਇਨਸਾਨ ਜਾਂਦਾ ਗੱਡੀਆਂ ਉਹਦੇ ਕੋਲ 2 ਪੈਂਦੀਆਂ ਨੇ ਕਾਰ ਜ਼ਰੂਰਤ ਤੋਂ ਵੱਧ ਗੱਡੀਆਂ ਪੈਂਦੀਆਂ ਨੇ ਇਸਰਾਫ ਉਹਨੇ ਆਲਰੇਡੀ ਕੀਤੇ ਦਾ ਲੇਕਿਨ ਉਹ ਇੱਕ ਐਸੀ ਕੋਈ ਗੱਡੀ ਲਿਆਉਂਦਾ ਵੈ ਕਿ ਫਰਾਰੀ ਲਿਆਉਂਦਾ ਕਾਰਵੇਟ ਲਿਆਉਂਦਾ ਐਸੀ ਕਿ ਉਹਨੂੰ ਉਹਦੀ ਜ਼ਰੂਰਤ ਤਾਂ ਨਹੀਂ ਸੀ ਲੇਕਿਨ ਕਿ ਉਹ ਸ਼ੋਅ ਆਫ ਕਰ ਰਿਹਾ ਉਹ ਚੀਜ਼ ਜਿਹੜਾ ਨਾ ਜੈਲਸੀ ਪੈਦਾ ਕਰਦੀ ਹੈ ਮਾਸ਼ਰੇ ਦੇ ਵਿੱਚ ਅਤੇ ਫਿਰ ਜ਼ਿਆਦਾ ਮਸਾਇਲ ਪੈਦਾ ਕਰਦੀ ਹੈ ਕਿਉਂਕਿ ਆਪਸ ਦੀ ਹਦੀਸ ਵੀ ਹੈ ਕਿ ਇੱਕ ਬਿਸਤਰ ਜਿਹੜਾ ਨਾ ਜਾਣੀ ਕਿ ਘਰ ਦੇ ਵਿੱਚ ਇੱਕ ਬਿਸਤਰ ਮਰਦ ਦਾ ਮਰਦ ਵਾਸਤੇ ਵੈ ਇੱਕ ਬਿਸਤਰ ਔਰਤ ਵਾਸਤੇ ਵੈ ਅਤੇ ਇੱਕ ਬਿਸਤਰ ਮਹਿਮਾਨ ਵਾਸਤੇ ਜਿਹੜਾ ਚੌਥਾ ਬਿਸਤਰ ਹੋਏਗਾ ਉਹ ਸ਼ੈਤਾਨ ਵਾਸਤੇ ਵੈ ਬੇਸਿਕਲੀ ਇੱਕ ਲਿਮਿਟਿਡ ਤੁਸੀਂ ਜਿਹੜਾ ਨਾ ਔਰ ਇਹ ਆਮ ਹਦੀਸ ਨਹੀਂ ਹੈ ਮੁਸਲਿਮ ਸ਼ਰੀਫ ਦੀ ਹਦੀਸ ਤੁਹਾਨੂੰ ਸੁਣਾ ਰਿਹਾ ਮੈਂ ਅਤੇ ਇਸ ਤਰ੍ਹਾਂ ਹੀ ਉਸਦਾ ਕੋਈ ਲੁਕਮਾ ਜਿਹੜਾ ਨਾ ਜ਼ਮੀਨ 'ਤੇ ਡਿੱਗ ਜਾਂਦਾ ਦੁੱਧ ਤੋਂ